बाहर ले जाओ ना। पिछले दिन ही लालड़ू पुलिस नु भारी सफलता मिली है। एक डकॉयटी दा अटेम्प्ट गिरोह वालों सक्सेसफुली प्रिवेंट किया गया है। सीक्रेट इनफॉर्मेशन ते एफआईआर नंबर 66/23 थाना लालड़ू दर्ज हुई अंडर सेक्शन 309-402। पुलिस ने बड़ी ही स्विफ्टली एक ऑपरेशन विच इन्हां दे गिरोह दे पांच मेंबरां नु नैब किया है। इन्हां दे नां हन मलकीत, अंकित, आशीष, भानु अते आशीष। इन्हां दी पुछगिछ दे दौरान यह गल सामने आई है कि जिहड़े इन्हां दे आर्म्स रिकवरी हुई है वह इन्हां दे छठे मैंबर यानी कि नवजोत तो इफेक्ट हुई सी। इन्हों भी अरेस्ट कर लिता गया है न्यू दिल्ली तो। इन्हां तो रिकवरी हुई है दो पिस्टल्स की, पांच जिंदा कारतूस, एक किरपान, एक गंडासा अते एक टेजर की। हुण तक दी पुछगिछ विच इह सामने आया है कि जिहड़ा इन्हां चों एक अक्यूज्ड है अंकित, इन्हें 15-20 दिन पहलां इस एरिया की रेकी कीती सी। इन्हां दी मंशा सी कि इह किसी पेट्रोल पंप या शराब के ठेके नूं टारगेट करके उत्थे डकैती करन। इन्हां दा जिहड़ा मास्टर माइंड है उहदा नां है मलकीत सिंह। ते जिहड़े इन्हां ने आर्म्स जिवें मैं पहलां दस्सिया उह इन्हां ने अरेंज कीते सी थ्रू दैट सिक्स अक्यूज जिहदा नां हैगा नवजोत, रेजिडेंट ऑफ न्यू दिल्ली। ਇਹਦਾ ਕਨੈਕਸ਼ਨ ਡੈਫੀਨੇਟਲੀ ਆ ਰਿਹਾ ਹੈਗਾ। ਇਹਦੇ ਰੂਟਸ ਲਾਈ ਕਰਦੇ ਨੇ ਇਨ ਦ ਸਟੇਟ ਆਫ ਰਾਜਸਥਾਨ। ਇਹਦੀ ਇਨਵੈਸਟੀਗੇਸ਼ਨ ਜਾਰੀ ਹੈ, ਜਿਵੇਂ ਹੀ ਕੁਝ ਨਿਕਲਦਾ ਹੈਗਾ ਅਸੀਂ ਤੁਹਾਨੂੰ ਅਪਡੇਟ ਕਰਾਂਗੇ। ਜੀ ਨਹੀਂ, ਇਹਨਾਂ ਦੀ ਕੋਈ ਅਜੇ ਤੱਕ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ ਹੈ, ਬਾਕੀ ਅਸੀਂ ਸੰਬੰਧਿਤ ਥਾਣਿਆਂ ਨਾਲ ਸਾਡਾ ਤਾਲਮੇਲ ਜਾਰੀ ਹੈ। ਇਹ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ 6 ਦੇ 6 ਨੇ ਇਹ ਤਕਰੀਬਨ 20-23 ਸਾਲਾਂ ਦੀ ਉਮਰ ਦੇ ਨੇ। ਇਹਨਾਂ ਦਾ ਬੈਕਗ੍ਰਾਉਂਡ ਇਦਾਂ ਹੈ ਕਿ ਜਿਹੜਾ ਮਲਕੀਤ ਹੈਗਾ ਜਿਹੜਾ ਇਹਨਾਂ ਦਾ ਮਾਸਟਰ ਮਾਈਂਡ ਹੈ ਉਹ ਸਵਿਗੀ ਵਿੱਚ ਡਿਲੀਵਰੀ ਬੋਏ ਹੈਗਾ। ਜਿਹੜਾ ਅੰਕਿਤ ਹੈਗਾ ਉਹਨੇ ਡਿਪਲੋਮਾ ਕੀਤਾ ਹੋਇਆ ਡੇਟਾ ਐਂਟਰੀ 'ਚ। ਬਾਕੀ ਸਾਰੇ ਵੀ ਕੋਈ ਆਕਾਸ਼ ਇੰਸਟੀਚਿਊਟ ਵਿੱਚ ਕੰਮ ਕਰ ਰਿਹਾ ਹੈਗਾ, ਇੱਕ ਆਰਮੀ ਐਸਪੀਰੈਂਟ ਵੀ ਹੈ। ਜਿਹੜੀ ਇਹ ਰੈਕੀ ਕੀਤੀ ਗਈ ਹੈ ਉਹ 15-20 ਦਿਨ ਪਹਿਲਾਂ ਕੀਤੀ ਗਈ ਹੈ ਤੇ ਇਹ ਮੁਕਦਮਾ ਸੀਕ੍ਰੈਟ ਇਨਫੋਰਮੇਸ਼ਨ ਦੇ ਬੇਸਿਸ ਤੇ ਦਰਜ ਕੀਤਾ ਗਿਆ ਹੈ। ਗ੍ਰਿਫਤਾਰੀ ਇਹਨਾਂ ਦੀ ਲਾਲੜੂ ਤੋਂ ਪਹਿਲੇ ਪੰਜ ਦੀ ਲਾਲੜੂ ਤੋਂ ਬੱਲੋਪੁਰ ਰੋਡ ਦੇ ਕੋਲੇ ਹੋਈ ਹੈ, ਇੱਕ ਪੈਟਰੋਲ ਪੰਪ ਦੇ ਨੇੜੇ। ਤੇ ਜਿਹੜਾ ਇਹਨਾਂ ਦਾ ਛੱਟਾ ਹੈਗਾ ਜਿਹਨੂੰ ਡੋਮੀਨੇਟ ਬਾਅਦ ਚੋਂ ਕੀਤਾ ਗਿਆ ਸੀ ਉਹਨੂੰ ਨਿਊ ਦਿੱਲੀ ਤੋਂ। ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਲਾਲੜੂ ਦੀ ਜਾਂ ਨੇੜੇ ਤੇਰੇ ਮੋਹਾਲੀ ਜ਼ਿਲ੍ਹੇ ਨਹੀਂ? ਟੇਜ਼ਰ ਬੇਸਿਕਲੀ ਸ਼ੌਕ ਦੇਣ ਲਈ ਯੂਜ਼ ਕੀਤਾ ਜਾਂਦਾ ਹੈਗਾ। ਇਟ ਹੈਜ਼ ਬੀਨ ਇੰਡੀਜੀਨਸਲੀ ਮੇਡ ਬਾਈ ਦੈਮ। ਜੀ ਨਹੀਂ, ਕੈਨ ਬੀ ਮਤਲਬ ਡੈਫੀਨੇਟਲੀ ਇਟ ਮਸਟ ਬੀ ਯੂਜ਼ਡ ਬਾਈ ਅਦਰਸ ਆਲਸੋ, ਬਟ ਇਹਨਾਂ ਤੋਂ ਇਹ ਰਿਕਵਰ ਹੋਈ ਹੈ, ਪਹਿਲੀ ਰਿਕਵਰੀ ਹੋਈ ਹੈ ਇਨ ਲਾਲੜੂ ਏਰੀਆ। ਇਹਨਾਂ ਨੇ ਇੰਡੀਜੀਨਸਲੀ ਪ੍ਰਿਪੇਅਰ ਕੀਤੀ ਹੋਈ